ਜਿਹੜੀ ਇਹ 9000 ਕਰੋੜ ਦਾ ਸਬਸਿਡੀ ਦਾ ਕੱਟ ਲੱਗਿਆ, ਤੁਸੀਂ ਕੀ ਸੋਚਦੇ ਹੋ ਕਿ ਕਿੰਨਾ ਕੁ ਨੁਕਸਾਨ ਕਿਸਾਨੀ ਨੂੰ ਹੋਏਗਾ? ਅਕਾਲੀ ਦਲ ਭਾਈਵਾਲ ਪਾਰਟੀ ਹੈ, ਜ਼ਿੰਮੇਵਾਰੀ ਉਹਦੀ ਵੀ ਫਿਕਸ ਹੁੰਦੀ ਹੈ ਕਿਉਂਕਿ ਉਹ ਵੀ ਬਜਟ 'ਚ ਭਾਈਵਾਲ ਨੇ। ਪੰਜਾਬ ਦੇ ਕਿਸਾਨਾਂ 'ਤੇ ਅਸਰ ਪਊਗਾ ਸਾਡਾ, ਅਤੇ ਲੋਕਾਂ ਨੂੰ ਖੁੱਲ੍ਹਾ ਸੱਦਾ ਵੀ ਜਿੰਨਾ ਚਿਰ ਲੋਕ ਇਕੱਠੇ ਹੋ ਕੇ ਸਮੇਂ ਦੀਆਂ ਸਰਕਾਰਾਂ ਦੇ ਖਿਲਾਫ ਆਵਾਜ਼ ਨਹੀਂ ਚੱਕਦੇ ਆਪਣੇ ਹੱਕਾਂ ਪ੍ਰਤੀ, ਉਹਨਾਂ ਚਿਰ ਸਰਕਾਰਾਂ ਆਪਦੀ ਮਨਮਾਨੀ ਕਰਦੀਆਂ ਰਹਿਣਗੀਆਂ। ਪੰਜਾਬ ਦਾ ਜੱਟ ਮਾਡਰਨ ਹੋ ਗਿਆ ਭੰਦੇਰ ਸਾਹਿਬ, ਜਿਹੜੇ ਟਰੈਕਟਰਾਂ ਦੇ ਟੋਚਨ ਹੋਣ ਲੱਗ ਗਏ ਪਿੰਡਾਂ ਦੇ ਵਿੱਚ, ਉਹ ਕਿਸ ਪਾਸੇ ਨੂੰ ਜਾ ਰਿਹਾ ਕਿਸਾਨ? ਜਿਹੜੇ ਗਾਣਿਆਂ ਦੇ ਵਿੱਚ ਜਿਵੇਂ ਜੱਟ ਨੂੰ ਵਿਖਾਲਿਆ ਜਾ ਰਿਹਾ, ਬੰਦੂਕ ਦਾ ਗਾਉਂਦੇ ਵੀ ਜੱਟ ਨੇ ਜ਼ਿਆਦਾ, ਮੂਸੇ ਵਾਲਾ ਜਾਂ ਹੋਰ ਗਾਉਂਦੇ ਵੀ ਜੱਟ ਹੀ ਨੇ ਜ਼ਿਆਦਾ, ਪੰਮੀ ਬਾਈ ਆ ਹੋਰ ਨੇ, ਜੱਟ ਹੀ ਗਾਉਂਦੇ। ਹਾਂ, ਫਿਰ ਉਹਨਾਂ ਨੂੰ ਜਦੋਂ ਇਹ ਪ੍ਰਮੋਟ ਇਸ ਕਿਸਮ ਦਾ ਕੀਤਾ ਗਿਆ, ਉਹਦਾ ਦੂਜਾ ਕਲਚਰ ਨਹੀਂ ਵਿਖਾਲਿਆ ਗਿਆ, ਉਹ ਤਾਂ ਭੁੱਖਾ ਮਰ ਰਿਹਾ, ਕਰਜ਼ਈ ਹੋਇਆ ਪਿਆ, ਉਹਦੀਆਂ ਬਹੁਤ ਸਾਰੀਆਂ ਸਮੱਸਿਆਵਾਂ। ਦੂਸਰਾ, ਜਿਹੜੀਆਂ ਇੰਨੀਆਂ ਕਿਸਾਨ ਯੂਨੀਅਨਾਂ ਬਣੀਆਂ ਹੋਈਆਂ ਨੇ, ਕੋਈ ਲੱਖੋਵਾਲ ਸਾਹਿਬ ਦੀ ਹੈ, ਕੋਈ ਰਾਜੇਵਾਲ ਸਾਹਿਬ ਦੀ ਹੈ, ਕੋਈ ਭੁਪਿੰਦਰ ਸਿੰਘ ਮਾਨ ਦੀ ਹੈ, ਇਹ ਵੀ ਸਾਰੀਆਂ ਸਿਆਸੀ ਨਹੀਂ ਹੈਗੀਆਂ, ਲਾਹਾ ਨਹੀਂ ਲੈਂਦੀਆਂ ਕਿਸਾਨਾਂ ਤੋਂ? ਮਤਲਬ ਇਸ ਗੱਲ ਤੋਂ ਆਉਣਾ ਵੀ ਜੇ ਸਾਡੇ ਮੁਲਕ ਦੇ ਹਾਕਮਾਂ ਨੇ ਸਾਡੇ ਲੋਕਾਂ ਨੂੰ ਵਿੱਦਿਆ ਅਸਲ ਰੂਪ ਵਿੱਚ ਦਿੱਤੀ ਹੁੰਦੀ, ਠੀਕ ਹੈ ਜੀ, ਜਿਹੜਾ ਲੋਕਾਂ ਦਾ ਦਸਵਾਂ ਦੁਆਰ ਸੀ ਉਹ ਬੰਦ ਰੱਖਤਾ ਵੀ ਲੋਕਾਂ ਨੂੰ ਸਮਝ ਨਹੀਂ ਆਵੇ। ਇਹ ਲੋਕਾਂ ਦੇ ਫੈਸਲਾ ਜਦੋਂ ਲੋਕ ਇਹ ਸਮਝਣ ਲੱਗ ਪਏ ਵੀ ਕਿਹੜਾ ਗਲਤ ਆ ਕਿਹੜਾ ਸਹੀ ਆ, ਉਦਣ ਜਿਹੜੀਆਂ ਸਹੀ ਜਥੇਬੰਦੀਆਂ ਕੰਮ ਕਰ ਰਹੀਆਂ ਉਹਨਾਂ ਦੀ ਪੰਜਾਬ ਵਿੱਚ ਸਹੀ ਸ਼ਨਾਖਤ ਹੋਊਗੀ। ਕੀ ਜੈਵਿਕ ਖੇਤੀ ਥੋੜਾ ਕਿਸਾਨ ਆਪਣੇ ਲਈ ਪ੍ਰਮੋਟ ਕਰੇਗਾ ਜਾਂ ਜੈਵਿਕ ਖੇਤੀ ਦਾ ਸਕੋਪ ਵੇਖਦੇ ਹੋ ਰਸਾਇਣਿਕ ਖੇਤੀ ਮਹਿੰਗੀ ਹੋਣ ਨਾਲ? ਜੇ ਸਰਕਾਰਾਂ ਸੁਹਿਰਦ ਹੋਣ ਤੇ ਕੁਦਰਤੀ ਖੇਤੀ ਬਹੁਤ ਚੰਗੀ ਗੱਲ ਆ, ਤੇ ਇਹ ਜ਼ਹਿਰਾਂ ਤੋਂ ਰਹਿਤ ਤੇ ਲੋਕਾਂ ਦੇ ਪੱਖ ਉੱਤੇ ਬਿਲਕੁਲ ਜ਼ੀਰੋ ਖਰਚਾ ਆ ਰਿਹਾ। ਸਤਿਕਾਰਤ ਦਰਸ਼ਕਾਂ ਦਾ ਇਸ ਵਕਫੇ ਤੋਂ ਬਾਅਦ ਪ੍ਰੋਗਰਾਮ ਗਲੋਬਲ ਗੱਲਬਾਤ ਦੇ ਵਿੱਚ ਪਰਮਿੰਦਰ ਸਿੰਘ ਟਿਵਾਣਾ ਵੱਲੋਂ ਪਟਿਆਲਾ ਸ਼ਹਿਰ ਤੋਂ ਸਵਾਗਤ ਹੈ। ਇਹ ਪ੍ਰੋਗਰਾਮ ਭਾਰਤੀ ਸਮੇਂ ਮੁਤਾਬਕ ਮੰਗਲਵਾਰ ਤੋਂ ਸ਼ਨੀਵਾਰ ਰਾਤੀ 8:30 ਤੋਂ ਲੈ ਕੇ 9:30 ਤੱਕ ਪਟਿਆਲਾ ਸਟੂਡੀਓ 'ਚ ਆਨਰ ਕੀਤਾ ਜਾਂਦਾ ਹੈ। ਇਸ ਪ੍ਰੋਗਰਾਮ ਦਾ ਰਿਪੀਟ ਤੁਸੀਂ ਸਾਡੇ ਕੈਨੇਡਾ ਵਾਲੇ ਚੈਨਲ ਪੰਜਾਬੀ ਦੇ ਨਾਂ 'ਤੇ ਬਣੇ ਯੂਟਿਊਬ ਪੇਜ 'ਤੇ ਵੇਖ ਸਕਦੇ ਹੋ। ਚੈਨਲ ਪੰਜਾਬੀ ਟੀਵੀ ਨੂੰ ਪੂਰੇ ਕੈਨੇਡਾ ਦੇ ਵਿੱਚ ਵੇਖਣ ਵਾਸਤੇ ਕੇਬਲ ਨੈਟਵਰਕ ਰੋਜ਼ਰ ਬੈਲ ਸ਼ਾਹ ਅਤੇ ਟੈਲਸ ਦੀਆਂ ਸੇਵਾਵਾਂ ਤੁਸੀਂ ਲੈ ਸਕਦੇ ਹੋ। ਗਲੋਬਲ ਪੰਜਾਬ ਟੈਲੀਵਿਜ਼ਨ ਅਮਰੀਕਾ ਦੇ ਪ੍ਰੋਗਰਾਮ ਵਿਸ਼ਵ ਪੱਧਰ 'ਤੇ ਵੇਖਣ ਵਾਸਤੇ ਤੁਸੀਂ ਸਾਡੀਆਂ ਜਿਹੜੀਆਂ ਐਪਸ ਨੇ ਐਮਾਜ਼ੋਨ ਫਾਇਰ 'ਤੇ, ਐਂਡਰਾਇਡ 'ਤੇ, ਆਇਸ 'ਤੇ, ਐਪਲ ਟੀ ਵੀ, ਆਈ ਪੀ ਟੀ ਵੀ 'ਤੇ ਡਾਊਨਲੋਡ ਕਰ ਸਕਦੇ ਹੋ। ਵੈਬਸਾਈਟ 'ਤੇ ਜਾ ਸਕਦੇ ਹੋ ਅਤੇ ਗਲੋਬਲ ਪੰਜਾਬ ਟੈਲੀਵਿਜ਼ਨ ਅਮਰੀਕਾ 'ਤੇ ਚੈਨਲ ਪੰਜਾਬੀ ਟੀ ਵੀ ਕੈਨੇਡਾ 'ਤੇ ਭਾਰਤੀ ਸਮੇਂ ਮੁਤਾਬਕ ਮੰਗਲਵਾਰ ਤੋਂ ਸ਼ਨੀਵਾਰ ਸਵੇਰੇ 7:00 ਤੋਂ ਲੈ ਕੇ 8:00 ਤੱਕ ਆਪਣਾ ਸਵੇਰ ਦਾ ਜਿਹੜਾ ਪ੍ਰੋਗਰਾਮ ਹੁੰਦਾ ਉਸ ਦਾ ਨਾਂ ਹੈ ਹੈਲੋ ਗਲੋਬਲ ਪੰਜਾਬ। ਉਸ ਨੂੰ ਤੁਸੀਂ ਯੂਟਿਊਬ ਪੇਜ 'ਤੇ ਵੇਖ ਸਕਦੇ ਹੋ ਗਲੋਬਲ ਪੰਜਾਬ ਟੀ ਵੀ ਦੇ 'ਤੇ, ਅਤੇ ਗਲੋਬਲ ਪੰਜਾਬ ਟੈਲੀਵਿਜ਼ਨ ਦੇ ਫੇਸਬੁੱਕ ਪੇਜ 'ਤੇ ਇਹ ਪ੍ਰੋਗਰਾਮ ਇਸ ਵਕਤ ਲਾਈਵ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਪਹਿਲੇ ਭਾਗ ਦੇ ਵਿੱਚ ਕੀਤੀ ਸੀ ਕਿ ਜਿਸ ਤਰ੍ਹਾਂ ਬੀ ਜੇ ਪੀ ਸਰਕਾਰ ਦਾ ਜਿਹੜਾ ਇੱਕ ਰਾਸ਼ਟਰ ਦਾ ਏਜੰਡਾ ਹੈ, ਜਾਂ ਉਸ ਸਟੇਟਾਂ ਜਿਨ੍ਹਾਂ ਦੇ ਵਿੱਚ ਬੀ ਜੇ ਪੀ ਨੂੰ ਆਪਣਾ ਵੋਟ ਬੈਂਕ ਜ਼ਿਆਦਾ ਨਜ਼ਰ ਆਉਂਦਾ, ਉੱਥੇ ਉਹ ਜ਼ਿਆਦਾ ਤਵੱਜੋ ਦੇ ਰਹੀਆਂ ਨੇ। ਅਤੇ ਇਸ ਦੌਰਾਨ ਮੱਧ ਪ੍ਰਦੇਸ਼ ਦਾ ਬਹੁਤ ਵੱਡਾ ਰਕਬਾ ਹੈ, ਯੂਪੀ ਦਾ ਬਹੁਤ ਵੱਡਾ ਰਕਬਾ ਹੈ, ਖੇਤੀਪਤੀ ਦੇ ਪੱਖੋਂ ਬਹੁਤ ਵੱਡਾ ਰਕਬਾ ਹੈ, ਬੜਾ ਨਿਆਮਤਨ ਹੈ, ਉੱਤਰਾਖੰਡ ਦਾ ਇਲਾਕਾ ਵਧੀਆ। ਅਤੇ ਜਿਸ ਤਰ੍ਹਾਂ ਮਿਨੀਮਮ ਸਪੋਰਟਿੰਗ ਪ੍ਰਾਈਜ਼ ਦੇ ਮਾਮਲੇ 'ਚ ਪੰਜਾਬ ਨੂੰ ਬਾਹਰ ਕੱਢਿਆ ਜਾ ਸਕਦਾ, ਪੰਜਾਬ ਦਾ ਲੱਕ ਟੁੱਟ ਜਾਣਾ ਅਗਰ ਐੱਮ ਐੱਸ ਪੀ ਦੇ ਕੇਡਰ ਦੇ ਵਿੱਚੋਂ ਰੋਟੇਸ਼ਨ 'ਚੋਂ ਪੰਜਾਬ ਨੂੰ ਕੱਢ ਲਿਆ ਗਿਆ। ਅਤੇ ਹੁਣ ਜਿਹੜਾ ਦੂਸਰਾ ਇਸ ਬਜਟ ਦੇ ਵਿੱਚ ਕਿਸਾਨੀ ਨੂੰ ਜਿਹੜਾ ਬੈਨੀਫਿਟ 'ਤੇ ਕੀ ਦੇਣੇ ਸੀ, ਫਾਇਦੇ 'ਤੇ ਕੀ ਦੇਣੇ ਸੀ, ਪਰ ਹਾਲੀਆ ਪੇਸ਼ ਕੀਤੇ ਬਜਟ ਦੇ ਵਿੱਚ ਖਾਦਾਂ ਅਤੇ ਸਬਸਿਡੀਆਂ ਦੀ 9000 ਕਰੋੜ ਰੁਪਏ ਦੀ ਕਟੌਤੀ ਕਰ ਦਿੱਤੀ ਹੈ, ਜਿਸ ਦਾ ਸਭ ਤੋਂ ਵੱਡਾ ਅਸਰ ਪੰਜਾਬ ਦੀ ਕਿਸਾਨੀ 'ਤੇ ਪਏਗਾ, ਕਿਉਂਕਿ ਦੇਸ਼ ਭਰ ਦੇ ਵਿੱਚ ਪੰਜਾਬੀ ਕਿਸਾਨ ਹੀ ਸਭ ਤੋਂ ਜ਼ਿਆਦਾ ਯੂਰੀਆ ਅਤੇ ਡੀ ਏ ਪੀ ਖਾਦ ਦੀ ਵਰਤੋਂ ਕਰਦਾ ਹੈ। ਪੰਜਾਬ ਦੇ ਵਿੱਚ 7 ਲੱਖ ਟਨ ਡੀ ਏ ਪੀ ਅਤੇ 28 ਲੱਖ ਟਨ ਯੂਰੀਆ ਵਰਤਿਆ ਜਾਂਦਾ ਹੈ। ਇਸ 'ਤੇ ਸਬਸਿਡੀ ਜਿਹੜੀ ਘਟਾ ਦਿੱਤੀ ਹੈ, 9000 ਕਰੋੜ ਰੁਪਏ ਦਾ ਵਜ਼ਨ ਪੰਜਾਬ 'ਤੇ ਪਵੇਗਾ, ਅਤੇ ਪੰਜਾਬ ਦੇ ਕਿਸਾਨਾਂ ਨੂੰ 502 ਰੁਪਏ ਦੀ ਸਬਸਿਡੀ ਦਿੰਦੀ ਹੈ, ਜਦੋਂ ਕਿ ਯੂਰੀਏ ਨੂੰ 1000 ਰੁਪਏ ਪ੍ਰਤੀ ਟਨ ਦੀ ਸਬਸਿਡੀ ਦਿੱਤੀ ਜਾਂਦੀ ਹੈ। ਸੋ ਪੰਜਾਬ ਦੀਆਂ ਕਿਸਾਨ ਯੂਨੀਅਨਾਂ ਇਸ ਦਾ ਵਿਰੋਧ ਕਰ ਰਹੀਆਂ ਨੇ। ਸਵਰਨ ਸਿੰਘ ਭੰਦੇਰ ਕਿਸਾਨ ਯੂਨੀਅਨ ਡਕੌਂਦਾ ਤੋਂ ਇਸ ਵਕਤ ਆਗੂ ਆਪਣੇ ਨਾਲ ਜੁੜੇ ਨੇ। ਭੰਦੇਰ ਸਾਹਿਬ ਸਵਾਗਤ ਹੈ ਜੀ। ਧੰਨਵਾਦ ਜੀ। ਭੰਦੇਰ ਸਾਹਿਬ, ਕੀ ਲੱਗਦਾ ਕਿ ਜਿਹੜੀ ਇਹ 9000 ਕਰੋੜ ਰੁਪਏ ਦਾ ਸਬਸਿਡੀ ਦਾ ਕੱਟ ਮਾਰਿਆ ਗਿਆ, ਕੀ ਇਸ ਦੇ ਨਾਲ ਖਾਦਾਂ ਹੋਰ ਮਹਿੰਗੀਆਂ ਹੋਣਗੀਆਂ ਅਤੇ ਕਿਸਾਨ ਦਾ ਜਿਹੜਾ ਕਮਿਸ਼ਨ ਹੈ, ਜਿਹੜਾ ਪ੍ਰੋਫਿਟ ਹੈ, ਉਹ ਹੋਰ ਘਟੇਗਾ, ਕੀ ਕਾਰਨ ਹੈ? ਹਾਂਜੀ, ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਜੀ। ਹਾਂਜੀ ਭੰਦੇਰ ਸਾਹਿਬ, ਜਿੱਥੋਂ ਤੱਕ 9000 ਸਬਸਿਡੀ ਘਟਾਉਣ ਦਾ ਸਵਾਲ ਆ, ਸਵਾਲ ਤਾਂ ਇਹ ਆ ਵੀ ਪੰਜਾਬ ਦੀ ਕਿਸਾਨੀ ਜਾਂ ਦੇਸ਼ ਦੀ ਕਿਸਾਨੀ ਫਸਲਾਂ ਦੇ ਲਾਹੇਮੰਦ ਭਾਅ ਨਾ ਮਿਲਣ ਕਰਕੇ
ਲਗਾਤਾਰ ਕਰਜ਼ੇ ਦੇ ਜੰਜਾਲ ਵਿੱਚ ਫਸੀ ਹੋਈ ਆ ਤੇ ਖੁਦ ਖੁਸ਼ੀ ਕਰ ਰਹੀ ਆ। ਇਸ ਕਰਕੇ ਆ ਵੀ ਇਹਦੇ ਚੋਂ ਕੁਛ ਵੀ ਹੋਰ ਕੋਈ ਜਿਹੜੀ ਉਹਨੂੰ ਸਹੂਲਤਾਂ ਸਬਸਿਡੀ ਰੂਪ ਚ ਮਿਲ ਰਹੀਆਂ ਜੇ ਉਹ ਘਟਾ ਦਿੱਤੀਆਂ ਗਈਆਂ ਤੇ ਖੁਦਕੁਸ਼ੀਆਂ ਦਾ ਅਮਲ ਵਧੂਗਾ ਘਟੂਗਾ ਨੀ ਹੈਗਾ। ਠੀਕ ਹੈ। ਦੂਸਰਾ ਇਹਦੇ ਨਾਲ ਸਭ ਤੋਂ ਵੱਡੀ ਸੱਟ ਵਾਰੀ ਜਾ ਰਹੀ ਜਿਹੜੀ ਪ੍ਰੋਕਿਓਰਮੈਂਟ ਦੇ ਉੱਤੇ ਜਿਹੜੀ ਫਸਲਾਂ ਦੀ ਖਰੀਦ ਤੇ ਲਗਾਤਾਰ ਸਰਕਾਰ ਕੋਈ ਨਾ ਕੋਈ ਫੈਸਲਾ ਕਰ ਰਹੀ ਜਿਵੇਂ ਜਿਹੜਾ ਸਰਕਾਰ ਦਾ ਲਾਗਤਾਂ ਤੇ ਕੀਮਤਾਂ ਦਾ ਚੇਅਰਮੈਨ ਪਰਸਨ ਉਹਨੇ ਦੋਹਰੇ ਜਿਹੜੀ ਪ੍ਰੋਕਿਓਰਮੈਂਟ ਆ ਉਹਦੀ ਤੇ ਮੁੜ ਵਿਚਾਰ ਕਰਨ ਦਾ ਫੈਸਲਾ ਕੀਤਾ ਜਿਹੜਾ ਅਖਬਾਰਾਂ ਚ ਆ ਗਿਆ। ਠੀਕ ਹੈ ਜੀ। ਪੰਜਾਬ ਦੇ ਵਿੱਚ ਜੇ ਪੰਜਾਬ ਦੀ ਖੇਤੀ ਵਿੱਚ ਕੁਛ ਵੀ ਜੇ ਅੱਜ ਆਸਰਾ ਬਚਿਆ ਹੋਇਆ ਤੇ ਉਹ ਕਣਕ ਤੇ ਝੋਨੇ ਦੀ ਖਰੀਦ ਦੇ ਰੂਪ ਵਿੱਚ ਆਸਰਾ ਬਚਿਆ ਹੋਇਆ। ਜੇ ਫਸਲਾਂ ਦੀ ਖਰੀਦ ਤੋਂ ਸਰਕਾਰ ਭੱਜ ਨਿਕਲੀ ਤੇ ਕਿਸਾਨੀ ਆਪਣੇ ਆਪ ਵਿੱਚ ਖਤਮ ਹੋ ਜਾਣੀ ਹੈ, ਇਹਨੂੰ ਬਚਾਉਣ ਵਾਲਾ ਕੋਈ ਨੀ ਬਚੂਗਾ। ਕਿਉਂਕਿ ਦੂਸਰਾ ਅਸੀਂ ਤਾਂ ਸਾਫ਼ ਸਾਫ਼ ਕਹਿੰਦੇ ਹੁੰਦੇ ਵੀ ਜਿਹੜੀਆਂ ਬਾਕੀ ਦੀਆਂ ਫਸਲਾਂ ਚਾਹੇ ਤੇਲ ਬੀਜਾਂ ਨੇ ਚਾਹੇ ਆਪਣਾ ਦਾਲਾਂ ਨੇ ਉਹਨਾਂ ਦੇ ਫਸਲਾਂ ਦੇ ਭਾਅ ਰੇਟ ਤੈਅ ਕੇ ਉਹਨਾਂ ਦੀ ਖਰੀਦ ਵੀ ਪੰਜਾਬ ਚ ਹੋਣੀ ਚਾਹੀਦੀ ਆ। ਸੋ ਸਾਡੀਆਂ ਸਬਸਿਡੀਆਂ ਭਾਰਤ ਦੇ ਵਿੱਚ ਭਾਰਤ ਆਪਦੇ ਕਿਸਾਨਾਂ ਨੂੰ $60 ਸਬਸਿਡੀ ਸਾਰੀ ਦੇ ਰਿਹਾ, ਜਦਕਿ ਤੁਸੀਂ ਯੂਰਪ ਅਮਰੀਕਾ ਦੇ ਹੋਰਨਾਂ ਮੁਲਕਾਂ ਨੂੰ ਤਕਰੀਬਨ 65,000 ਸਲਾਨਾ, 50,000 ਸਲਾਨਾ, 44,000 ਸਲਾਨਾ ਡਾਲਰਾਂ ਦੇ ਵਿੱਚ ਸਬਸਿਡੀ ਮਿਲ ਰਹੀ ਉਹਨਾਂ ਕਿਸਾਨਾਂ ਨੂੰ। ਸੋ ਸਾਨੂੰ $60 ਸਬਸਿਡੀ ਮਿਲਦੀ, ਉਹਦੇ ਚੋਂ ਵੀ ਜੇ 9,000 ਕਰੋੜ ਰੁਪਈਆ ਘਟਾ ਤਾ ਤੇ ਸਬਸਿਡੀ ਹੋਰ ਘਟ ਗਈ ਆ। ਸੋ ਇਸ ਕਰਕੇ ਸਾਡੀਆਂ ਸਬਸਿਡੀਆਂ ਘਟਾਉਣ ਦੀ ਬਜਾਏ ਜਿਹੜੇ ਕਾਰਪੋਰੇਟ ਘਰਾਣਿਆਂ ਨੂੰ ਗੱਫੇ ਦਿੱਤੇ ਜਾ ਰਹੇ ਨੇ, ਜਿਹੜੇ ਉਹਨਾਂ ਦੇ ਵੱਡੇ ਖਾਤੇ ਪਾ ਕੇ ਕਰਜ਼ੇ ਮਾਫ਼ ਕੀਤੇ ਜਾ ਰਹੇ ਨੇ, ਜਿਹੜੀਆਂ ਸਰਕਾਰਾਂ ਦੇ ਆਪ ਦੇ ਖਰਚੇ ਅੜਕੀ ਬੈਠੇ ਹੋਏ, ਸਰਕਾਰ ਮੰਨੀ ਵੀ ਸਾਡੇ ਖਰਚੇ ਬਹੁਤ ਜ਼ਿਆਦਾ ਸੀ। ਸੋ ਸਰਕਾਰਾਂ ਆਪ ਦੇ ਖਰਚੇ ਨਾ ਤਾਂ ਘਟਾਉਂਦੀਆਂ ਤੇ ਨਾ ਕਾਰਪੋਰੇਟ ਦੇ ਟੈਕਸ ਵਿੱਚ ਛੂਟਾਂ ਦਿੱਤੀਆਂ ਜਾਂਦੀਆਂ, ਉਹਨਾਂ ਦੇ ਕਰਜ਼ੇ ਵੀ ਮਾਫ਼ ਕੀਤੇ ਜਾਂਦੇ, ਸਗੋਂ ਉਹਨਾਂ ਦੇ ਕਰਜ਼ੇ ਜਿਹੜੇ ਮਾਫ਼ ਕਰਨ ਦੀ ਬਜਾਏ ਜਿਹੜੇ ਆਮ ਭਾਰਤ ਦੇ ਲੋਕ ਜਿਹੜੇ ਕਿਸਾਨ ਮਜ਼ਦੂਰ ਇੱਕ ਬਹੁਤ ਵੱਡਾ ਤਬਕਾ, ਉਹਨਾਂ ਦੇ ਕਰਜ਼ੇ ਮਾਫ਼ ਕਰਕੇ ਫਸਲਾਂ ਦੇ ਭਾਅ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ ਦਿੱਤੇ ਜਾਣੇ ਚਾਹੀਦੇ ਆ, ਤੇ ਜਿਹੜੇ ਉਹਨਾਂ ਨੂੰ ਸਬਸਿਡੀਆਂ ਖਾਦਾਂ ਤੇ ਦਵਾਈਆਂ ਤੇ ਡੀਜ਼ਲ ਤੇ ਖੇਤੀ ਮਸ਼ੀਨਰੀ ਤੇ ਵੱਧ ਦਿੱਤੀਆਂ ਜਾਣੀਆਂ ਚਾਹੀਦੀਆਂ। ਸਾਡਾ ਤੇ ਇਹ ਕਹਿਣਾ ਵਾ ਇਸ ਸਰਕਾਰ ਦੇ ਕਦਮ ਦੇ ਨਾਲ ਮਰ ਰਹੀ ਕਿਸਾਨੀ ਦੇ ਵਿੱਚ ਖੁਦਕੁਸ਼ੀਆਂ ਦਾ ਵਾਧਾ ਹੋਰ ਹੋਊਗਾ ਜੀ। ਅੱਛਾ, ਇਹ ਤੂੰ ਦੂਸਰਾ ਜਿਹੜਾ ਇਸਦਾ ਹੈ ਤਾਂ ਚਲੋ ਨੁਕਸਾਨ ਜਿਹੜਾ ਦੂਸਰਾ ਕਿ ਪੰਜਾਬ ਦਾ ਕਿਸਾਨ ਬਹੁਤ ਜ਼ਿਆਦਾ ਪੈਸਟੀਸਾਈਡ ਵਰਤਦਾ, ਬਹੁਤ ਜ਼ਿਆਦਾ ਰੇਹ ਪਾਉਂਦਾ, ਲੋੜ ਤੋਂ ਬਹੁਤ ਜ਼ਿਆਦਾ ਪਾਉਂਦਾ। ਯੂਨੀਵਰਸਿਟੀਆਂ ਮਾਹਰ ਸਿਫਾਰਸ਼ਾਂ ਵੀ ਕਰਦੇ ਨੇ, ਅਸੀਂ ਜ਼ਮੀਨ ਨੂੰ ਵੀ ਅਮਲੀ ਬਣਾ ਦਿੱਤਾ, ਇਹ 'ਚ ਕੋਈ ਦੋ ਰਾਵਾਂ ਨਹੀਂ। ਦੂਸਰਾ ਜਿਸ ਤਰ੍ਹਾਂ ਕਣਕ ਕਮਾਦੀ ਛੱਲੀਆਂ ਅਤੇ ਹੋਰ ਖੇਤੀ ਕੁੱਲ ਰੂੜੀ ਬਾਝਣਾ ਹੁੰਦੀਆਂ, ਇਹ ਨਾ ਜਾਈ ਭੁੱਲ, ਅੱਗੇ ਮਤਲਬ ਢੇਰ ਪਾਉਂਦੇ ਸੀ, ਰੂੜੀ ਪਾਉਂਦੇ ਸੀਗੇ, ਸ਼ਹਿਰਾਂ 'ਚੋਂ ਵੀ ਵੇਖਿਆ ਕਿ ਗੋਬਰ ਦੀਆਂ ਟਰਾਲੀਆਂ ਲੋਕ ਲੈ ਜਾਂਦੇ ਸੀਗੇ ਚੱਕ ਕੇ, ਪਰ ਅੱਜ ਕੱਲ੍ਹ ਸ਼ਹਿਰਾਂ 'ਚ ਵੀ ਗੋਬਰ ਰੁਲਦਾ, ਪਿੰਡਾਂ 'ਚ ਵੀ ਰੁਲਦਾ। ਜਿਹੜੀ ਰੂੜੀ ਦੀ ਖਾਦ ਪਾਉਣ ਤੋਂ ਕਿਸਾਨ ਆਨਾਕਾਨੀ ਕਰ ਰਿਹਾ ਕਿ ਕੌਣ ਢੇਰ ਸੁੱਟੂਗਾ, ਕੀ ਉਸ ਪਾਸੇ ਨੂੰ ਵੀ ਰੁਝਾਨ ਥੋੜ੍ਹਾ ਵਧੇਗਾ ਖਾਦ ਦੇ ਮਹਿੰਗੀ ਹੋਣ ਨਾਲ? ਕਿਉਂਕਿ ਅੱਗੇ ਯੰਤਰ ਬੀਜਦੇ ਹੁੰਦੇ ਸੀ, ਝਿੰਜਣ ਕਹਿੰਦੇ ਜਿਹਨੂੰ, ਮਤਲਬ ਹਰੀ ਖਾਦ ਬੀਜਦੇ ਸੀਗੇ ਝੋਨੇ ਤੋਂ ਪਹਿਲਾਂ, ਉਹ ਸਾਰਾ ਟਰੈਂਡ ਖਤਮ ਹੋ ਗਿਆ। ਕੀ ਕੁਦਰਤੀ ਖਾਦਾਂ ਵੱਲ ਨੂੰ ਕਿਸਾਨ ਮਜਬੂਰੀ ਨੂੰ ਜੁੜੇਗਾ? ਇਸ ਦਾ ਮੇਰਾ ਖਿਆਲ ਇਹ ਵੀ ਪੱਖ ਮੈਂ ਸਮਝਦਾ ਬਿਹਤਰ ਹੋਵੇਗਾ। ਵੇਖੋ ਜੀ, ਇਸ ਗੱਲ ਨੂੰ ਤੇ ਸਮਝਣਾ ਤੇ ਇਹਦੀ ਪਿੱਛੇ ਪਿਛੋਕੜ 'ਚ ਜਾਈਏ। ਠੀਕ ਹੈ ਜੀ। ਪਹਿਲਾ ਪਿਛੋਕੜ ਸੀਗਾ ਵੀ ਸਾਡੀ ਖਾਦ ਘਰ ਦੀ ਰੂੜੀ ਹੁੰਦੀ ਸੀਗੀ, ਟਰੈਕਟਰ ਸਾਡੇ ਘਰ ਦਾ ਜੋਗ ਹੁੰਦੀ ਸੀਗੀ, ਪਾਣੀ ਸਾਡੇ ਘਰ ਦਾ ਖੂਹ ਹੁੰਦਾ ਸੀਗਾ, ਇਹਨੂੰ ਕਹਿੰਦੇ ਸੀ ਸਾਡਾ ਪਰੰਪਰਾਗਤ ਮਾਡਲ। ਦੇਸ਼ ਦੇ ਹਾਕਮਾਂ ਨੇ, ਸਾਮਰਾਜੀ ਮੁਲਕਾਂ ਨੇ ਨਵਾਂ ਮਾਡਲ ਲੈ ਕੇ ਆਉਂਦਾ, ਕਿਉਂਕਿ ਦੇਸ਼ ਦੀ ਲੋੜ ਸੀ ਅਨਾਜ ਦੀ, ਪੰਜਾਬ ਨੀ ਸੀ ਭੁੱਖਾ ਮਰਦਾ, ਦੇਸ਼ ਭੁੱਖਾ ਮਰਦਾ ਸੀ। ਇੱਕ ਨਾਰਾ ਦਿੱਤਾ ਗਿਆ ਜੈ ਜਵਾਨ ਤੇ ਜੈ ਕਿਸਾਨ। ਜੈ ਕਿਸਾਨ ਦਾ ਨਾਰਾ ਵੀ ਵੱਧ ਤੋਂ ਵੱਧ ਅਨਾਜ ਪੈਦਾ ਕਰੋ, ਦੇਸ਼ ਨੂੰ ਖੁਦ ਕਵੀਓ, ਤੇ ਕਮਰਸ਼ੀਅਲ ਮਾਡਲ ਲੈ ਕੇ ਆਉਂਦਾ ਮਾਡਲ ਜੀ। ਤੇ ਉਹ ਕਮਰਸ਼ੀਅਲ ਮਾਡਲ ਦੇ ਵਿੱਚ ਖਾਦਾਂ ਪਾਉਣੀਆਂ ਆਪ ਸਿਖਾਈਆਂ ਗਈਆਂ ਲੋਕਾਂ ਨੂੰ। ਨਹੀਂ ਪੰਦੇਰ ਸਾਹਿਬ, ਤੁਹਾਡੀਆਂ ਸਾਰੀਆਂ ਗੱਲਾਂ ਸਹੀ ਨੇ। ਕਾਰਪੋਰੇਟ ਨੇ ਬਾਣੀਏ ਨੂੰ, ਜਿਹਨੂੰ ਖੇਤ ਦਾ ਪਤਾ ਨਹੀਂ, ਦਵਾਈ ਦਾ ਪਤਾ ਨਹੀਂ, ਬਾਣੀਏ ਕਹਿੰਦਾ ਆਹ ਦਵਾਈ ਪਾ ਦਿਓ, ਜੱਟ ਚੱਕ ਕੇ। ਅਸੀਂ ਵੀ ਇਸ ਪਰਿਵਾਰਾਂ 'ਚੋਂ ਰਹੇ ਹਾਂ। ਮਤਲਬ ਜਿਹੜਾ ਇੱਕ ਟਰੈਂਡ ਆ, ਮਤਲਬ ਆਮਦਨ ਠੰਡੀ ਹੈ, ਖਰਚਾ ਰੁਪਈਆ ਇੱਕ ਮੱਝ 'ਤੇ ਕੱਟੀ ਆ ਅਤੇ ਰੱਖਿਆ ਪਈ ਆ। ਅੱਗੇ ਮਤਲਬ ਖੇਤ ਲੋਕ ਜਾਂਦੇ ਸੀਗੇ, ਵੱਡੇ ਵੱਡੇ ਧੋੜੇ ਹੁੰਦੇ ਸੀ, ਸ਼ਾਮ ਨੂੰ ਪਸ਼ੂ ਵੀ ਲਿਜਾਂਦੇ ਸੀ। ਜਿਹੜਾ ਪੰਜਾਬ ਦਾ ਕਿਸਾਨ ਆ ਨਾ, ਉਹ ਵੀ ਮਾਫ਼ ਕਰਨਾ, ਬੇਹੱਦ ਮਾਡਰਨ ਹੋ ਗਿਆ। ਤੁਸੀਂ ਵੇਖੋ ਪੰਦੇਰ ਸਾਹਿਬ, ਜਿਹੜੇ ਮੋਟਰਾਂ ਦੇ ਕੋਠੇ ਨੇ ਨਾ, ਆਹ ਮੇਰੀ ਟੇਬਲ ਤੋਂ ਵੀ ਛੋਟੇ ਹੋ ਗਏ, ਇੱਕ ਕਹੀ ਵੀ ਉਹਦੇ 'ਚ ਨਹੀਂ ਵੜਦੀ। ਮੀਂਹ ਅਜੇ ਲਾਹੌਰ ਹੁੰਦਾ, ਕਿਸਾਨ ਉਦੋਂ ਹੀ ਸੈਲਫ ਮਾਰ ਕੇ ਘਰ ਨੂੰ ਆ ਜਾਂਦਾ। ਅੱਗੇ ਸਾਰਾ ਟੱਬਰ
ਖੇਤੀ ਬਲਦਾਂ ਝੋਟਿਆਂ ਖੇਤੀ ਨਿੱਕਿਆਂ ਮੋਟਿਆਂ ਵੱਡੇ ਦਿਨਾਂ ਦੀਆਂ ਛੁੱਟੀਆਂ ਹੁੰਦੀਆਂ ਸੀ ਜਿਹਨੂੰ ਕਹਿੰਦੇ ਸੀ ਹਾੜੀ ਦੀਆਂ ਛੁੱਟੀਆਂ, ਸਾਰਾ ਟ੍ਰੈਂਡ ਹੀ ਚੇਂਜ ਹੋ ਗਿਆ। ਕੀ ਕਿਸਾਨ ਵੀ ਖੇਤੀ ਤੋਂ ਟੁੱਟ ਗਿਆ, ਖੇਤ ਤੋਂ ਟੁੱਟ ਗਿਆ, ਇਹ ਸੱਚ ਨਹੀਂ? ਬਿਲਕੁਲ, ਇਹ ਆ ਵੀ ਇਹਦੇ ਪਿੱਛੇ ਦੂਜਾ ਪੱਖ ਹੈ ਵੀ ਮੰਨ ਲਈਏ, ਮੈਂ ਇੱਕ ਐਗਜ਼ਾਮਪਲ ਦਿੰਦਾ, ਕੋਈ ਬੰਦਾ ਮੈਨੂੰ ਗਾਲਾਂ ਕੱਢਦਾ, ਠੀਕ ਆ, ਤੁਹਾਡੇ ਕੋਲ ਰਾਇ ਲਈ ਜਾਂਦੀ, ਤੁਸੀਂ ਠੀਕ ਕਹੋਗੇ ਵੀ ਇਹ ਬੰਦਾ ਗਲਤ ਆ, ਗਾਲਾਂ ਕੱਢਦਾ। ਜੇ ਕਿਸੇ ਫਿਲੋਸਫਰ ਨੂੰ ਪੁੱਛੋਗੇ ਵੀ ਗਾਲਾਂ ਕਿਉਂ ਕੱਢਦਾ, ਤੇ ਉਹ ਪਿਛੋਕੜ ਚ ਜਾਊਗਾ ਤੇ ਵੀ ਮਾਂ ਪਿਓ ਕਿਹੋ ਜਿਹਾ ਇਹਦਾ, ਇਹ ਕਿਹੜੇ ਸੱਭਿਆਚਾਰ ਚ ਪਲਿਆ, ਇਹਦਾ ਪਾਲਣ ਪੋਸ਼ਣ ਕਿਵੇਂ ਹੋਇਆ। ਸਾਨੂੰ ਨੀਤੀ ਦੇ ਮਗਰ ਜਾਣਾ ਪਊ ਵੀ ਸਾਡੇ ਬਾਪੂ ਤਾਂ ਖੂਹ ਤੇ ਚੱਲ ਜਾਂਦਾ, ਤਿੰਨ ਤਿੰਨ ਦਿਨ ਘਰ ਨਹੀਂ ਸੀ ਮੁੜਦਾ ਹੁੰਦਾ, ਠੀਕ ਹੈ ਜੀ, ਉਹ ਬੋਲਦ ਦੇ ਜਿਹੜੇ ਪਿਸ਼ਾਬ ਨਾਲ ਆਪਣਾ ਝੱਗਾ ਧੋ ਲੈਂਦਾ ਹੁੰਦਾ ਸੀ, ਉਹਨੂੰ ਇੱਧਰਲੇ ਪਾਸੇ ਲਿਆਂਦਾ ਕਿੰਨਾ। ਜਿਨ੍ਹਾਂ ਨੇ ਖੇਤੀ ਦੇ ਵਿੱਚ ਮਸ਼ੀਨਰੀ ਲੈ ਕੇ ਆਉਂਦੀ, ਇੱਕ ਇਹ ਵੀ ਸਵਾਲ ਆ ਵੀ ਜਿੱਥੇ ਭਾਰਤ ਦੇ ਵਿੱਚ ਇੰਨੀ ਆਬਾਦੀ ਆ, ਜਿਹਦੇ ਤੇ ਇੰਨੀ ਲੇਬਰ ਆ, ਉਹਦੇ ਹੱਥ ਇਹਨੇ ਵਿਹਲੇ, ਉੱਥੇ ਖੇਤੀ ਮਸ਼ੀਨਰੀ ਦੀ ਲੋੜ ਨਹੀਂ ਸੀ ਹੈਗੀ। ਜਦੋਂ ਸਰਕਾਰ ਦੀ ਨੀਤੀ ਇਹ ਆ ਗਈ ਵੀ ਅਸੀਂ ਸਾਰਾ ਕੁਝ ਤੁਹਾਨੂੰ ਬਣਿਆ ਬਣਾਇਆ ਦੇਣਾ, ਉੱਧਰ ਲੈ ਕੇ ਗਏ ਆ, ਉਹ ਠੀਕ ਹੈ। ਇੱਕ ਸੈਕਿੰਡ, ਦੇਖੋ ਮੈਂ ਜੱਟ ਪਰਿਵਾਰਾਂ ਚੋਂ ਹਾਂ, ਅਸੀਂ ਵੀ ਅੱਜ ਕੱਲ੍ਹ ਮੱਝ ਦਾ ਗੋਹਾ ਖੁਦ ਚੱਕ ਲਈਦਾ, ਕੋਈ ਇੱਦਾਂ ਦੀ ਦਿੱਕਤ ਨਹੀਂ ਹੈ, ਪਰ ਸਾਡਾ ਪੰਜਾਬ ਦਾ ਜੱਟ ਮਾਡਰਨ ਹੋ ਗਿਆ ਭੰਦੇਰ ਸਾਹਿਬ। ਜਿਹੜੇ ਟਰੈਕਟਰਾਂ ਦੇ ਟੋਚਨ ਹੋਣ ਲੱਗ ਗਏ ਪਿੰਡਾਂ ਦੇ ਵਿੱਚ, ਉਹ ਕਿਸ ਪਾਸੇ ਨੂੰ ਜਾ ਰਿਹਾ ਕਿਸਾਨ? ਬਿਲਕੁਲ, ਮੈਂ ਤੁਹਾਨੂੰ ਇਹੀ ਗੱਲ ਦੱਸ ਰਿਹਾ ਵੀ ਇਹਦੇ ਪਾਸੇ ਕੋਈ ਨੀਤੀ ਲੈ, ਅਸੀਂ ਨੀ ਕਹਿੰਦੇ ਵੀ ਇਹ ਜਿਹੜੀਆਂ ਤੁਸੀਂ ਨਿਸ਼ਾਨਦੇਹੀਆਂ ਕਰਦੇ ਨਹੀਂ ਹੈਗੀਆਂ, ਇਹ ਹੈਗੀਆਂ ਨੇ। ਇਹਦੇ ਪਿੱਛੇ ਜਿਹੜੇ ਦਿਮਾਗ ਖੜੇ ਨੇ ਉਹਨਾਂ ਇੱਧਰ ਲੈ ਕੇ ਜਾਂਦਾ, ਜਿਵੇਂ ਜਿਵੇਂ ਸੱਭਿਆਚਾਰ ਸਾਡਾ ਜਿਹੜੇ ਗਾਣਿਆਂ ਦੇ ਵਿੱਚ ਜਿਵੇਂ ਜੱਟ ਨੂੰ ਵਿਖਾਲਿਆ ਜਾ ਰਿਹਾ, ਬੰਦੂਕ ਗਾਉਂਦੇ ਵੀ ਜੱਟ ਨੇ ਜ਼ਿਆਦਾ, ਮੂਸੇ ਵਾਲਾ ਜਾਂ ਹੋਰ ਗਾਉਂਦੇ ਵੀ ਜੱਟ ਹੀ ਨੇ ਜ਼ਿਆਦਾ, ਪੰਮੀ ਬਾਈ ਆ ਹੋਰ ਨੇ, ਜੱਟ ਹੀ ਗਾਉਂਦੇ। ਹਾਂ, ਫਿਰ ਉਹਨਾਂ ਨੂੰ ਜਦੋਂ ਇਹ ਪ੍ਰਮੋਟ ਇਸ ਕਿਸਮ ਦਾ ਕੀਤਾ ਗਿਆ, ਉਹਦਾ ਦੂਜਾ ਕਲਚਰ ਨਹੀਂ ਵਿਖਾਲਿਆ ਗਿਆ, ਉਹ ਤਾਂ ਭੁੱਖਾ ਮਰ ਰਿਹਾ, ਕਰਜ਼ਈ ਹੋਇਆ ਪਿਆ, ਉਹਦੀਆਂ ਬਹੁਤ ਸਾਰੀਆਂ ਸਮੱਸਿਆਵਾਂ। ਸੋ ਮੈਂ ਕਹਿੰਦਾ ਵੀ ਅਸੀਂ ਜਿੰਨਾ ਚਿਰ ਉਹਦੇ ਲੌਜਿਕ ਕਾਰਨ ਨਹੀਂ ਨਾ ਲੱਭਾਂਗੇ ਵੀ ਲੌਜਿਕ ਕੀ ਹੈ, ਵੀ ਕਿਸਾਨ ਹੈ ਕਰਦਾ ਹੀ ਕਿਉਂ ਆ, ਇਹਦੇ ਪਿੱਛੇ ਸਾਈਕੋਲੋਜੀਕਲ ਕਾਰਨ ਕੀ ਆ, ਉਦੋਂ ਤੱਕ ਤੱਥਾਂ ਇੱਕ ਵਕਤੀ ਕਾਰਨ ਹੁੰਦੇ ਆ, ਤੁਸੀਂ ਵਕਤੀ ਕਾਰਨ ਸਹੀ ਕਹਿ ਰਹੇ ਜੇ, ਇੱਕ ਹੁੰਦੇ ਆ ਵੀ ਕਰਦਾ ਕਿਉਂ ਆ। ਜੇ ਯੂਰਪ ਸਹੀ ਕਮਾਈ ਕਰਨ ਵਾਲਾ ਵਾ, ਅਮਰੀਕਾ 'ਚ ਲੋਕ ਕਮਾਈ ਕਰਦੇ ਆ, ਤੇ ਉੱਥੇ ਪਾਲਿਸੀ ਨੀਤੀ ਕਮਾਈ ਕਰਨ ਵਾਲੀ ਆ ਜੀ। ਅੱਛਾ, ਇੱਕ ਹੋਰ ਦੱਸੋ ਭੰਦੇਰ ਸਾਹਿਬ, ਗੱਲ ਤੁਹਾਡੀ ਦਰੁਸਤ ਆ, ਸਾਨੂੰ ਸਵੈ ਪੜਚੋਲ ਵੀ ਜ਼ਰੂਰੀ ਹੈ। ਮੈਨੂੰ ਅਲਾਮਾ ਇਕਬਾਲ ਸਾਹਿਬ, ਡਾਕਟਰ ਮੁਹੰਮਦ ਇਕਬਾਲ ਸਾਹਿਬ ਦੀ ਉਹ ਨਜ਼ਮ ਹਮੇਸ਼ ਚੇਤਿਆਂ 'ਚ ਰਹਿੰਦੀ ਹੈ, ਅਰਬੀ ਫਾਰਸੀ 'ਚ ਉਹਨਾਂ ਨੇ ਲਿਖੀ ਸੀ, ਪੰਜਾਬ ਕੇ ਦਹਿਕਾਨ ਸੇ, ਜਾਣੀ ਕਿ ਪੰਜਾਬ ਦੇ ਕਿਸਾਨ ਨੂੰ ਕਿਹਾ ਸੀਗਾ ਕਿ ਸਦੀਓ ਸੇ ਹੈ ਤੂੰ ਖਾਕ ਬਾਜ਼, ਇਸੀ ਖਾਕ ਮੇਂ ਦਬ ਗਈ ਤੇਰੀ ਆਗ, ਸਹਿਰ ਕੀ ਅਜਾਂ ਹੋ ਗਈ ਅਬ ਤੋਂ ਜਾਗ। ਪਰ ਕਿਸਾਨ ਨਹੀਂ ਜਾਗ ਰਿਹਾ, ਕਿਸਾਨ ਅੱਜ ਵੀ ਝੋਨਾ ਸਿੱਟ ਕੇ ਆਉਂਦਾ, ਕਣਕ ਸਿੱਟ ਕੇ ਆਉਂਦਾ, ਜਿੱਦੇ ਵੇਚਣ ਲੱਗ ਗਿਆ ਨਾ ਉਦੇ ਕਾਮਯਾਬ ਹੋਏਗਾ। ਦੂਸਰਾ, ਜਿਹੜੀਆਂ ਇੰਨੀਆਂ ਕਿਸਾਨ ਯੂਨੀਅਨਾਂ ਬਣੀਆਂ ਹੋਈਆਂ ਨੇ, ਕੋਈ ਲੱਖੋਵਾਲ ਸਾਹਿਬ ਦੀ ਹੈ, ਕੋਈ ਰਾਜੇਵਾਲ ਸਾਹਿਬ ਦੀ ਹੈ, ਕੋਈ ਭੁਪਿੰਦਰ ਸਿੰਘ ਮਾਨ ਦੀ ਹੈ, ਇਹ ਵੀ ਸਾਰੀਆਂ ਸਿਆਸੀ ਨਹੀਂ ਹੈਗੀਆਂ, ਲਾਹਾ ਨਹੀਂ ਲੈਂਦੀਆਂ ਕਿਸਾਨਾਂ ਤੋਂ? ਠੀਕ, ਬਿਲਕੁਲ ਤੁਹਾਡੀ ਦਰੁਸਤ ਗੱਲ ਹੈ। ਦੂਸਰਾ ਹੈਗਾ ਵੀ ਮੈਂ ਕਿਸੇ ਬਾਰੇ ਨੀ ਕਹਿੰਦਾ, ਮੈਂ ਆਪਣੀ ਗੱਲ ਕਹਿੰਦਾ। ਦੂਜਾ ਵੀ ਜਦੋਂ ਕੋਈ ਵੀ ਲਹਿਰ ਚੱਲਦੀ ਹੈ, ਕੋਈ ਜਮਾਤ ਦੇ ਵਿੱਚ ਸਮੱਸਿਆ ਆਉਂਦੀ, ਉਹ ਚ ਲਹਿਰਾਂ ਨਿਕਲਦੀਆਂ, ਜਿਹੜੀ ਸਮੇਂ ਦੀਆਂ ਸਟੈਬਲਿਸ਼ਮੈਂਟ ਹੁੰਦੀਆਂ ਵਾ, ਉਹਨਾਂ ਨੂੰ ਲੱਗਦਾ ਵੀ ਸਾਡੇ ਹੱਥੋਂ ਚੀਜ਼ਾਂ ਨਿਕਲ ਰਹੀਆਂ ਤੇ ਉਹ ਸਾਡੇ ਵਰਗੀਆਂ ਚੀਜ਼ਾਂ ਪੈਦਾ ਕਰ ਲੈਂਦੀਆਂ, ਠੀਕ ਹੈ, ਸਾਡੇ ਵਰਗ ਉਹਨਾਂ ਵਾਸਤੇ, ਸਮੇਂ ਦੀਆਂ ਸਰਕਾਰਾਂ ਵਾਸਤੇ ਕੋਈ ਆਪਣੇ ਪੱਖ ਵਾਲੀਆਂ ਮੌਕੇ ਤੇ ਜਥੇਬੰਦੀਆਂ ਖੜੀਆਂ ਕਰਨੀਆਂ ਵੱਡੀ ਗੱਲ ਨੀ ਹੈਗੀਆਂ, ਠੀਕ ਹੈ ਜੀ। ਸੋ ਇਸ ਕਰਕੇ, ਕਿਉਂਕਿ ਇਸ ਕਰਕੇ ਪੈਦਾ ਕਰਦੀਆਂ ਵੀ ਉਹਨਾਂ ਦੇ ਰਿਮੋਟ ਕੰਟਰੋਲ ਉਹਨਾਂ ਦੇ ਹੱਥ 'ਚ ਹੋਣ, ਠੀਕ ਹੈ ਜੀ। ਜਦੋਂ ਕੋਈ ਵੀ ਜਮਾਤ ਕਿਸੇ ਸਿਆਸੀ ਧਿਰ ਨਾਲ ਜੁੜੀ ਹੋਊ, ਜਦੋਂ ਕਹੂਗੀ ਉਦੋਂ ਐਕਸ਼ਨ ਕਰੂਗੀ, ਜਦੋਂ ਨਾ ਕਹੂਗੀ ਨਾ ਕਰੂਗੀ, ਠੀਕ ਹੈ। ਦੂਸਰੇ ਬੰਨੇ ਸਾਡੇ ਬਾਰੇ ਤਰਕ ਦਿੱਤਾ ਜਾਂਦਾ ਵੀ ਬਹੁਤ ਬਹੁਤ ਸਾਰੀਆਂ ਜਥੇਬੰਦੀਆਂ ਉਹਨਾਂ ਦੇ ਅੱਡ ਅੱਡ ਕਾਰਨ ਆ, ਠੀਕ ਹੈ, ਕੋਈ ਵੱਡੀ ਗੱਲ ਨੀ ਡੈਮੋਕ੍ਰੇਸੀ ਦੀ। ਹੁਣ ਪਾਰਟੀਆਂ ਵੀ ਤੇ ਹਜ਼ਾਰਾਂ ਨੇ ਦੇਸ਼ ਦੇ ਵਿੱਚ ਵੋਟਾਂ ਵਾਲੀਆਂ, ਠੀਕ ਹੈ ਜੀ। ਅਸੀਂ ਕਹੀਏ ਵੀ ਉਦਾਂ ਤੇ ਜੇ ਇੱਥੇ ਤਿੰਨ ਪਾਰਟੀ ਨਿਜ਼ਾਮ ਕਰੀਏ, ਯੂਰਪ 'ਚ ਚੱਲਦਾ, ਅਮਰੀਕਾ ਚੱਲਦਾ, ਸ਼ਾਇਦ ਇੱਥੇ ਨਾ ਚੱਲੇ। ਸੋ ਇਹ ਵੱਡਾ ਮਸਲਾ ਨੀ ਹੈਗਾ, ਸਵਾਲ ਹੈਗਾ ਵੀ ਜਿੱਦਣ ਲੋਕ ਸ਼ਨਾਖਤ ਕਰਨ ਦਾ ਵੀ ਸਹੀ ਕੌਣ ਆ ਤੇ ਗਲਤ ਕੌਣ ਆ, ਠੀਕ ਆ, ਮਤਲਬ ਇਸ ਗੱਲ ਤੋਂ ਆਉਣਾ ਵੀ ਜੇ ਸਾਡੇ ਮੁਲਕ ਦੇ ਹਾਕਮਾਂ ਨੇ ਸਾਡੇ ਲੋਕਾਂ ਨੂੰ ਵਿਦਿਆ ਅਸਲ ਰੂਪ 'ਚ ਦਿੱਤੀ ਹੁੰਦੀ, ਠੀਕ ਹੈ ਜੀ, ਜਿਹੜਾ ਲੋਕਾਂ ਦਾ ਦਸਵਾਂ ਦਵਾਰ ਸੀ ਉਹ ਬੰਦ ਰੱਖਤਾ ਵੀ ਲੋਕਾਂ ਨੂੰ ਸਮਝ ਨੀ ਆਵੇ। ਇਹ ਲੋਕਾਂ ਦੇ ਫੈਸਲਾ, ਜਦੋਂ ਲੋਕ ਇਹ ਸਮਝਣ ਲੱਗ ਪਏ ਵੀ ਕਿਹੜਾ ਗਲਤ ਆ ਕਿਹੜਾ ਸਹੀ ਆ, ਉਦਣ ਜਿਹੜੀਆਂ ਸਹੀ ਜਥੇਬੰਦੀਆਂ ਕੰਮ ਕਰ ਰਹੀਆਂ ਉਹਨਾਂ ਦੀ ਪੰਜਾਬ ਵਿੱਚ ਸਹੀ ਸ਼ਨਾਖਤ ਹੋਊਗੀ, ਨਹੀਂ ਤਾਂ ਫਿਰ ਇਹ ਰੋਲ ਕਚੋਲਾ ਚੱਲੂ। ਖੈਰ, ਆਪਾਂ ਜਾਂਦੇ ਜਾਂਦੇ ਭੰਦੇਰ ਸਾਹਿਬ ਮੁੱਦੇ ਵੱਲ ਨੂੰ ਆਈਏ, ਜਿਹੜੀ ਇਹ 9,000 ਕਰੋੜ ਦਾ ਸਬਸਿਡੀ ਦਾ ਕੱਟ ਲੱਗਿਆ, ਤੁਸੀਂ ਕੀ ਸੋਚਦੇ ਹੋ ਕਿ ਕਿੰਨਾ ਕੁ ਨੁਕਸਾਨ ਕਿਸਾਨੀ ਨੂੰ ਹੋਏਗਾ? ਅਕਾਲੀ ਦਲ ਭਾਈਵਾਲ ਪਾਰਟੀ ਹੈ, ਜ਼ਿੰਮੇਵਾਰੀ ਉਹਦੀ ਵੀ ਫਿਕਸ ਹੁੰਦੀ ਹੈ ਕਿਉਂਕਿ ਉਹ ਵੀ ਬਜਟ 'ਚ ਭਾਈਵਾਲ ਨੇ, ਕੀ ਇਹਦਾ ਮਤਲਬ ਕਿਸਾਨੀ 'ਤੇ ਕਿੰਨਾ ਕੁ ਅਸਰ ਪਏਗਾ?
ਬਿਲਕੁਲ ਜੀ, ਅਸਰ ਤਾਂ ਪੈਣਾ ਹੀ ਹੈ ਜੀ, ਅਸਰ ਤਾਂ ਛੋਟਾ ਛੋਟਾ ਕਦਮ ਵੀ ਚੁੱਕਦੇ ਅਸਰ ਪੈਣਾ, ਪਰ ਅਸੀਂ ਮਤਲਬ ਇਹਦੇ ਤੋਂ ਕੋਈ ਬਹੁਤਾ ਨਹੀਂ ਹੈਗਾ ਵੀ, ਕਿਉਂਕਿ ਸਾਨੂੰ ਪਤਾ ਹੈ ਵੀ ਜਿਹੜੀ ਸਮੇਂ ਦੀਆਂ ਸਰਕਾਰਾਂ ਉਹਨਾਂ ਦੀਆਂ ਨੀਤੀ ਵਰਲਡ ਬੈਂਕ ਤੇ ਮੁਦਰਾ ਕੋਸ਼ ਫੰਡ ਸਾਮਰਾਜੀ ਤੈਅ ਕਰਦੇ, ਉਹਨਾਂ ਲਗਾਤਾਰ ਜਿਹੜੀਆਂ ਸਾਨੂੰ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਉਹਨਾਂ ਤੇ ਕਟੌਤੀ ਕਰਨੀ ਆ ਤੇ ਲਗਾਤਾਰ ਛੰਗਣੀ ਆ, ਇਹਦੇ ਤੇ ਪੰਜਾਬ ਦੇ ਕਿਸਾਨਾਂ ਤੇ ਅਸਰ ਪਊਗਾ ਸਾਡਾ, ਤੇ ਲੋਕਾਂ ਨੂੰ ਖੁੱਲਾ ਸੱਦਾ ਵੀ ਜਿੰਨਾ ਚਿਰ ਲੋਕ ਇਕੱਠੇ ਹੋ ਕੇ ਸਮੇਂ ਦੀਆਂ ਸਰਕਾਰਾਂ ਦੇ ਖਿਲਾਫ ਆਵਾਜ਼ ਨਹੀਂ ਚੱਕਦੇ ਆਪਣੇ ਹੱਕਾਂ ਪ੍ਰਤੀ, ਉਹਨਾਂ ਚਿਰ ਸਰਕਾਰਾਂ ਆਪਦੀ ਮਨਮਾਨੀ ਕਰਦੀਆਂ ਰਹਿਣਗੀਆਂ। ਅੱਛਾ ਪੰਦੇਰ ਸਾਹਿਬ, ਇੱਕ ਹੋਰ ਤਜਰਬਾ ਕਿ ਜਿਹੜੀ ਜੈਵਿਕ ਖੇਤੀ ਵਾਲੇ ਧਿਰਾਂ ਨੇ ਉਹ ਤਾਂ ਖੁਸ਼ ਨੇ ਕਿ ਠੀਕ ਹੈ, ਰਸਾਇਣਿਕ ਖੇਤੀ ਮਹਿੰਗੀ ਪੈਗੀ ਸ਼ਾਇਦ ਲੋਕ ਮਜ਼ਬੂਰੀ ਨੂੰ, ਜਾਂ ਘੱਟੋ ਘੱਟ ਆਪਣੇ ਜੋਗਾ ਤਾਂ ਇੱਕ ਦੋ ਏਕੜ ਜਿਹੜੀ ਸ਼ੁੱਧ ਫਸਲ ਬੀਜ ਲੈਣ, ਕਣਕ ਮੱਧ ਪ੍ਰਦੇਸ਼ ਦੀ 3,320 ਨੂੰ ਵਿਕਦੀ ਹੈ, ਪੰਜਾਬ ਵਾਲੀ ਜਿਹੜੀ ਸੜੀ ਵੀ ਲੋਕ ਖਾਣੋਂ ਹਟ ਗਏ ਨੇ, ਹਾਲਾਤ ਇਹ ਹੋ ਗਏ ਨੇ, ਜ਼ਹਿਰੀਲਾ ਪਦਾਰਥ ਲੋਕ ਖਾਣੋਂ ਹਟ ਗਏ ਨੇ, ਕੀ ਜੈਵਿਕ ਖੇਤੀ ਥੋੜ੍ਹਾ ਕਿਸਾਨ ਆਪਣੇ ਲਈ ਪ੍ਰਮੋਟ ਕਰੇਗਾ, ਜਾਂ ਜੈਵਿਕ ਖੇਤੀ ਦਾ ਸਕੋਪ ਵੇਖਦੇ ਹੋ ਰਸਾਇਣਿਕ ਖੇਤੀ ਮਹਿੰਗੀ ਹੋਣ ਨਾਲ? ਬਿਲਕੁਲ ਜੀ, ਅਸੀਂ ਕਹਿੰਦੇ ਜੈਵਿਕ ਖੇਤੀ ਨੂੰ ਕੁਦਰਤੀ ਖੇਤੀ ਜਿਹੜੀ ਆ ਪੰਜਾਬ ਵਿੱਚ ਇੱਕ ਟ੍ਰੈਂਡ ਚੱਲ ਰਿਹਾ, ਜੇ ਸਰਕਾਰ ਇਹਨੂੰ ਪ੍ਰਮੋਟ ਕਰੇ ਕੁਦਰਤੀ ਖੇਤੀ ਨੂੰ, ਉਹਦੇ ਵਿੱਚ ਬਹੁਤ ਕੁਛ ਨਿਕਲ ਕੇ ਆਇਆ ਤੇ ਮੈਂ ਕਹਿੰਦਾ ਚੰਗਾ ਕਦਮ ਹੋਊਗਾ ਜਿੰਨਾ ਚਿਰ ਸਰਕਾਰਾਂ, ਕਿਉਂਕਿ ਕਮਰਸ਼ੀਅਲ ਖੇਤੀ ਦੇ ਮਗਰ ਦੁਨੀਆਂ ਦੀਆਂ ਬਹੁਤ ਸਾਰੀਆਂ ਸਰਮਾਏਦਾਰ ਕੰਪਨੀਆਂ ਨੇ ਜਿਹੜੀ, ਜਿਵੇਂ ਤੁਸੀਂ ਵਾਲਮਾਰਟ ਵੇਖ ਲਓ, ਕਾਰਗਿਲ ਵੇਖ ਲਓ, ਉਹਨਾਂ ਦੇ ਏਡੇ ਏਡੇ ਵੱਡੇ ਬਜਟ ਨੇ ਵੀ ਸਾਡੇ ਦੇਸ਼ ਨਾਲੋਂ ਵੱਡੇ ਬਜਟ ਨੇ, ਉਹ ਸਾਡੀ ਕੁਦਰਤੀ ਖੇਤੀ ਨੂੰ ਚੱਲਣ ਨਹੀਂ ਦੇਣਗੇ ਜੇ ਸਰਕਾਰਾਂ ਸੁਹਿਰਦ ਹੋਣ ਤੇ। ਕੁਦਰਤੀ ਖੇਤੀ ਬਹੁਤ ਚੰਗੀ ਗੱਲ ਆ ਤੇ ਇਹ ਜ਼ਹਿਰਾਂ ਤੋਂ ਰਹਿਤ ਤੇ ਲੋਕਾਂ ਦੇ ਪੱਖ ਉੱਤੇ ਬਿਲਕੁਲ ਜ਼ੀਰੋ ਖਰਚਾ ਆ ਰਿਹਾ, ਅਸੀਂ ਕਹਿੰਦੇ ਚੰਗਾ ਕਦਮ ਹੈ। ਥੈਂਕ ਯੂ ਬਿੰਦਰ ਸਾਹਿਬ, ਬਹੁਤ ਬਹੁਤ ਧੰਨਵਾਦ। ਦੇਖੋ ਕਾਰਪੋਰੇਟ ਜ਼ਮਾਨਾ, ਕਾਰਪੋਰੇਟ ਘਰਾਣਿਆਂ ਨੇ ਪਿੱਛੋਂ ਜਿਹਾ ਜਿਹੜੀਆਂ ਬੀਜ ਕੰਪਨੀਆਂ ਵੱਡੀਆਂ ਵੱਡੀਆਂ, ਮੈਨਸੈਂਟੋ ਵਗੈਰਾ ਫਾਰਾ, ਇਹਨਾਂ ਨੇ ਬਹੁਤ ਸਾਰੇ BJP ਦੇ ਨੇਤਾਵਾਂ ਨੂੰ, ਅਕਾਲੀ ਦਲ ਦੇ ਨੇਤਾਵਾਂ ਨੂੰ ਫ੍ਰੀ ਟਿਕਟਾਂ US ਦੀਆਂ, ਫ੍ਰੀ ਉਹਨਾਂ ਦਾ ਸਾਰਾ ਪੈਕੇਜ, ਫ੍ਰੀ ਹੋਟਲ ਖਰਚਿਆਂ 'ਤੇ ਭੇਜਿਆ। ਕਈ ਸਾਰੇ ਲੋਕ ਗਏ, ਮੇਰੇ ਖਿਆਲ ਪ੍ਰੋਫੈਸਰ ਚੰਦੂ ਮਾਜਰਾ ਸਾਹਿਬ ਵੀ ਸ਼ਾਇਦ ਉਸ ਡੈਲੀਗੇਸ਼ਨ 'ਚ ਗਏ, BJP ਦੇ ਵੀ ਕੁਛ ਲੈ ਗਏ। ਜੇ ਇਹ ਕੰਪਨੀਆਂ ਤੁਹਾਨੂੰ ਫ੍ਰੀ ਵਿਜ਼ਿਟ ਕਰਾਉਂਦੀਆਂ ਨੇ ਤਾਂ ਫਿਰ ਇਹਨਾਂ ਨੇ ਆਪਣੀਆਂ ਪੋਲਿਸੀਜ਼ ਲਾਗੂ ਕਰਾਉਣੀਆਂ ਨੇ। ਵੈਸੇ ਜੇ ਵੇਖਿਆ ਜਾਵੇ ਬਹੁਤ ਸਾਰੇ ਕਿਸਾਨ ਨੇ, ਭੰਗੂ ਸਾਹਿਬ ਨੇ, ਹੋਰ ਬਹੁਤ ਸਾਰੇ ਕਿਸਾਨ ਨੇ ਜਿਹੜੇ ਕੁਦਰਤੀ ਖੇਤੀ ਕਰਦੇ ਨੇ। ਡਾਕਟਰ ਅਮਰ ਸਿੰਘ ਆਜ਼ਾਦ ਹੋਰਾਂ ਦੀ ਟੀਮ ਹੈ ਪਟਿਆਲੇ, ਬਾਰਾਂਦਰੀ 'ਚ ਕਿਸਾਨ ਹੈ ਜਿਹੜਾ ਆਪਣਾ ਸਟਾਲ ਲਾਉਂਦੇ ਨੇ ਕੁਦਰਤੀ ਖੇਤੀ ਵਾਲੇ। ਅੱਜ ਸਥਿਤੀ ਇਹ ਹੈ ਕਿ ਕਿਸਾਨ ਜ਼ਹਿਰ 'ਤੇ ਜ਼ਹਿਰ ਖਾ ਰਿਹਾ। ਅੱਜ ਕੱਲ੍ਹ ਅਸੀਂ ਅੰਮ੍ਰਿਤ ਨਹੀਂ ਜ਼ਹਿਰ ਉਗਾ ਰਹੇ ਹਾਂ ਖੇਤਾਂ ਦੇ ਵਿੱਚ, ਤਾਂ ਹੀ ਅਸੀਂ ਸੱਥਾਂ ਤੋਂ ਸੱਥਰਾਂ ਵੱਲ ਨੂੰ ਜਾ ਰਹੇ ਹਾਂ। ਮੱਝ ਦੇ ਜਿਹੜਾ ਦੁੱਧ ਹੈ ਉਹਦੇ ਵਿੱਚ ਵੀ ਜ਼ਹਿਰ, ਯੂਰੀਆ ਜਿਹੜਾ ਹੈਗਾ ਬੇਤਹਾਸ਼ਾ ਸੁੱਟਿਆ ਜਾਂਦਾ, ਰੂੜੀ ਹੈ ਜਿਹੜੀ ਨਹੀਂ ਵਰਤੀ ਜਾਂਦੀ। ਸੋ ਇਹ ਜਿਹੜੇ ਕਾਰਨ ਨੇ ਇਹ ਬਣ ਰਹੇ ਨੇ। ਸੋ ਇਸ ਦੌਰਾਨ ਜਿਹੜਾ ਸਾਰਾ ਸਿਲਸਿਲਾ ਵੇਖਿਆ ਜਾਵੇ, ਇਸ ਵਕਤ ਆਪਣੇ ਨਾਲ ਇੱਕ ਕਾਲਰ ਵੀ ਜੁੜੇ ਨੇ, ਤੁਸੀਂ ਓਨਰ ਹੋ ਸਰ, ਡਾਕਟਰ ਗਿਆਨ ਸਿੰਘ ਜੀ? ਹੈਲੋ। ਹੈਲੋ, ਹਾਂਜੀ ਹਾਂਜੀ, ਜਸਬੀਰ ਸਿੰਘ ਸੰਧੂ ਬੋਲ ਰਹੇ ਹਾਂ ਜੀ। ਹਾਂਜੀ ਸੰਧੂ ਸਾਹਿਬ, ਕੈਲੀਫੋਰਨੀਆ ਤੋਂ ਜੀ। ਹਾਂ ਸੰਧੂ ਸਾਹਿਬ, ਜਿਸ ਤਰ੍ਹਾਂ ਇਹ ਰਸਾਇਣਿਕ ਖੇਤੀ ਮਹਿੰਗੀ ਕਰ ਦਿੱਤੀ ਹੈ, ਸਬਸਿਡੀ 9,000 ਕਰੋੜ ਦੀ ਵਧਾ ਦਿੱਤੀ ਹੈ, ਕੀ ਇਸ ਦਾ ਅਸਰ ਵੇਖਦੇ ਹੋ ਕਿ ਮਜਬੂਰੀ ਨੂੰ ਹੀ ਹਾਰ ਕੇ ਜੇਠ ਨਾਲ ਲਾਈਆਂ, ਮਰਦੀ ਨੇ ਅੱਕ ਚੱਬਿਆ, ਸ਼ਾਇਦ ਮਜਬੂਰੀ ਨੂੰ ਕੁਦਰਤੀ ਖੇਤੀ ਵੱਲ ਮੁੜ ਜਾਣ ਕਿਸਾਨ, ਜਾਂ ਕੀ ਅਸਰ ਇਸ ਦਾ ਰਹੇਗਾ? ਮਾਰਕੀਟਿੰਗ ਕਰੋ ਜੀ, ਇਹਦੀ ਵੱਖਰੀ, ਆਰਗੈਨਿਕ ਖੇਤੀ ਦਾ ਵੱਖਰਾ ਰੇਟ ਹੋਵੇ, ਜੱਟ ਆਪਣੇ ਆਪ ਹੀ ਉਧਰ ਨੂੰ ਉਲਟ ਜਾਣਗੇ। ਦੂਜੀ ਗੱਲ ਇਹ ਹੈ, ਜ਼ਮੀਨ ਹੈ ਜਿਹੜੀ ਉਹ ਸਾਡੇ ਪੰਜਾਬ ਦੇ ਕਿਸਾਨ ਨੂੰ ਕਾਨੂੰਨ ਦੇ ਵਿੱਚ ਆਗਿਆ ਦਿੱਤੀ ਜਾਵੇ ਬਈ ਅਸੀਂ ਜਿੱਥੇ ਮਰਜ਼ੀ ਜ਼ਮੀਨ ਲੈ ਲਈਏ, ਹਰਿਆਣੇ 'ਚ ਲਈਏ, ਰਾਜਸਥਾਨ 'ਚ ਲਈਏ, ਤੇ ਅਸੀਂ ਅਸੀਂ ਪੰਜਾਬੀ ਕਿਸਾਨ। ਹਾਂਜੀ ਹੈਲੋ, ਹਾਂਜੀ ਹਾਂਜੀ, ਗੱਲ ਜਾਰੀ ਰੱਖੋ ਸਰ ਆਪਣੀ। ਹਾਂਜੀ, ਤੇ ਗੱਲ ਇਹ ਹੈ ਜੀ, ਇਸ ਤਰ੍ਹਾਂ ਅਸੀਂ ਪੰਜਾਬ ਦਾ ਕਿਸਾਨ ਹੌਸਲੇ ਦੇ ਨਾਲ ਵੱਧ ਜ਼ਮੀਨ ਵੀ ਬਾਹਰ ਵੀ ਜਾ ਕੇ ਖਰੀਦ ਸਕਦਾ, ਬਾਹਰ ਵੀ ਜਾ ਕੇ ਉਹਦੀ ਪੈਦਾ ਫਸਲ ਦੀ ਕਰ ਸਕਦਾ, ਤੇ ਜ਼ਮੀਨ ਹੋ ਗਈ ਤੰਗੀ ਲੋਕਾਂ ਦੇ, ਤੇ ਹੁਣ ਜਿਹੜਾ 1-2 ਕਿੱਲੇ ਵਾਲਾ ਔਰਗੈਨਿਕ ਖੇਤੀ ਕਰ ਲਈ, ਰੇਟ ਉਹਦਾ ਵੀ ਓਨਾ ਲੱਗਣਾ ਤੇ ਉਹਦਾ ਵੀ ਓਨਾ ਲੱਗਣਾ, ਤੇ ਫਿਰ ਉਹ ਕਿਸ ਤਰ੍ਹਾਂ ਸਰਵਾਈਵ ਕਰੂਗਾ? 2 ਕਿੱਲੇ ਵਾਲਾ, 3 ਕਿੱਲੇ ਵਾਲਾ ਠੇਕਿਆਂ ਤੇ ਜ਼ਮੀਨ ਲੈਂਦਾ, ਉਹ ਆਪਦਾ ਖਰਚਾ ਨੀ ਪੂਰਾ ਕਰ ਸਕਣਾ। ਇਸ ਕਰਕੇ ਕਿਸਾਨ ਨੂੰ 2 ਰੇਟ ਦਿੱਤੇ ਜਾਣ। ਮਾਰਕੀਟਿੰਗ ਜੀ, ਮਾਰਕੀਟਿੰਗ ਜਿਹੜੀ ਆ ਨਾ ਜੀ ਜੀ, ਇਹ ਆਰਗੈਨਿਕ ਖੇਤੀ ਦਾ ਜਿਵੇਂ ਡਬਲ ਪ੍ਰਾਈਸ ਹੋਵੇ ਤੇ ਦੂਸਰੀ ਦਾ ਡਬਲ ਹੋਵੇ। ਥੈਂਕ ਯੂ, ਥੈਂਕ ਯੂ ਸੰਧੂ ਸਾਹਿਬ, ਗੱਲ ਦਰੁਸਤ ਆ। ਦੇਖੋ, ਅਸੀਂ ਆਪਣੇ ਖਾਣ ਲਈ ਤਾਂ ਘੱਟੋ ਘੱਟ ਕੁਦਰਤੀ ਪੈਦਾ ਕਰ ਲਈਏ, ਕਿਉਂਕਿ ਜਿਹੜਾ ਤੁਸੀਂ ਪੈਸੇ ਕਮਾ ਕਮਾ ਕੇ ਜੇ ਜ਼ਹਿਰ ਖਾ ਕੇ ਡਾਕਟਰਾਂ ਨੂੰ ਦੇਣੇ, ਕੋਈ ਸਿਆਣਪ ਨਹੀਂ ਹੈ। ਔਰਗੈਨਿਕ ਖੇਤੀ ਦਾ
ਜਿਹੜਾ ਮੁੱਲ ਡਬਲ ਮਿਲਦਾ 4000 ਨੂੰ ਵਿਕਦੀ ਆ ਔਰਗੈਨਿਕ ਕਣਕ ਪੰਜਾਬ ਦੇ ਵਿੱਚ। ਆ ਜਿਹੜਾ ਜਿਆਣੀ ਫਾਰਮ ਹੈ ਅਬੋਰ, ਉਹਨਾਂ ਨੇ ਸਾਰੀ ਦੀ ਸਾਰੀ ਹੈ ਜਿਹੜੀ ਆਪਣੀ ਜੈਵਿਕ ਖੇਤੀ ਸ਼ੁਰੂ ਕੀਤੀ ਹੈ। ਹੋਰ ਬਹੁਤ ਸਾਰੇ ਲੋਕ ਨੇ, ਡਾਕਟਰ ਗਿਆਨ ਸਿੰਘ ਆਪਣੇ ਨਾਲ ਇਸ ਵਕਤ ਜੁੜੇ ਨੇ, ਕਰਨੈਲ ਸਿੰਘ ਭਾਵੜਾ, ਕਹਿੰਦੇ ਅਕਾਲੀ ਦਲ ਕਈ ਮੁੱਦਿਆਂ 'ਤੇ ਲੜਾਈ ਲੜਦਾ, ਕਿਸਾਨੀ ਵਾਸਤੇ ਹੁਣ ਲੜਨ ਵਾਲਾ ਕੋਈ ਨਹੀਂ ਹੈ ਕਿਉਂਕਿ ਅਕਾਲੀ ਦਲ ਦਾ ਮੂੰਹ ਬੰਦ ਕੀਤਾ, ਕੇਂਦਰ ਦੇ ਸਰਕਾਰ ਦੇ ਅੱਗੇ ਅਕਾਲੀ ਦਲ ਬੇਬਸ ਹੈ। ਡਾਕਟਰ ਰੰਗਵੀਰ ਸਿੰਘ ਸ਼ੁਕਲਾ ਲਿਖਦੇ ਨੇ ਅਮਲੋਹ ਤੋਂ, ਕਹਿੰਦੇ ਬਲੇਮਿੰਗ ਮਨੂ ਫੋਰ ਐਵਰੀ ਪ੍ਰੋਬਲਮ ਇਜ਼ ਅਨਫੋਰਚੁਨੇਟ। ਬਿਲਕੁਲ, ਦੇਖੋ ਹੁਣ ਜਿਸ ਤਰ੍ਹਾਂ ਪਹਿਲਾਂ ਗੱਲ ਹੋਈ ਹੈ ਕਿ ਜਿਹੜੇ SC ਵਰਗ ਦੇ ਵਿਦਿਆਰਥੀ ਨੇ ਉਹਨਾਂ ਦੇ ਵਜ਼ੀਫਿਆਂ ਦੀ ਲੁੱਟ ਹੋ ਰਹੀ ਹੈ। SR ਲੱਦੜ ਸਾਹਿਬ ਨੇ ਵੀ ਦੱਸਿਆ ਕਿ ਬਦਕਿਸਮਤੀ ਇਸ ਗੱਲ ਦੀ ਹੈ ਕਿ SC ਚੋਣ ਕਮਿਸ਼ਨ ਵਾਲੇ ਜਾਂ ਦਲਿਤ ਭਾਈਚਾਰੇ ਦੇ ਜਿਹੜੇ ਲੋਕ ਨੇ ਉਹ ਵੀ ਕੁਛ ਨਹੀਂ ਕਰ ਰਹੇ, ਜਿਹੜੇ ਇਸ ਮਾਮਲੇ 'ਚ ਜਿਹੜੀਆਂ ਅਥਾਰਟੀਜ਼ ਨੇ ਉਹਨਾਂ 'ਤੇ SC ਨੂੰ ਲਾਇਆ ਜਾਂਦਾ, ਉਹ SC ਵੀ SCਾਂ ਦੀ ਹੋ ਰਹੀ ਲੁੱਟ ਦੇ ਖਿਲਾਫ਼ ਕੁਝ ਨਹੀਂ ਕਰਦਾ, ਫਿਰ ਇਹਦੇ 'ਚ ਮਨੂਵਾਦੀਆਂ ਨੂੰ ਦੋਸ਼ ਦੇਣਾ ਵੀ ਜਾਇਜ਼ ਨਹੀਂ ਹੈ, ਬ੍ਰਾਹਮਣਵਾਦ ਨੂੰ ਬੇਲੋੜਾ ਦੋਸ਼ ਦੇਣਾ ਵੀ ਜਾਇਜ਼ ਨਹੀਂ ਹੈ। ਜੇ ਤੁਹਾਡੇ ਆਪਣੇ ਭਾਈਚਾਰੇ ਦੇ ਲੋਕ ਹੀ ਤੁਹਾਡਾ ਘਾਣ ਕਰਦੇ ਨੇ ਫਿਰ ਬੇਗਾਨਿਆਂ ਨੂੰ ਦੋਸ਼ ਦੇਣਾ ਵੀ ਜਾਇਜ਼ ਨਹੀਂ ਹੈ। ਹਾਂ, ਕਾਫੀ ਹੱਦ ਤੱਕ ਉਹ ਲੋਕ ਵੀ ਇਨਵੋਲਵ ਨੇ, ਇਹਦੇ 'ਚ ਕੋਈ ਦੋਰਾਵਾਂ ਨਹੀਂ ਹੈ। ਸਿੱਧੂ ਗੁਲਸ਼ਨ ਜੀ ਕਹਿੰਦੇ ਜੀ ਸਤਿ ਸ਼੍ਰੀ ਅਕਾਲ, ਪ੍ਰੋਗਰਾਮ ਬਹੁਤ ਵਧੀਆ ਜੁੜਦੇ, ਪ੍ਰੋਗਰਾਮ ਬਹੁਤ ਵਧੀਆ ਲੱਗਦਾ। ਗੁਰਜੀਤ ਸਿੰਘ ਸੰਧੂ, ਬਲਜੀਤ ਸਿੰਘ ਹੋਰੀ ਅਤੇ ਹਰਵਿੰਦਰ ਸਿੰਘ ਧਾਲੀਵਾਲ ਜੁੜੇ ਨੇ, ਇਹਨਾਂ ਦਾ ਵੀ ਧੰਨਵਾਦ ਹੈ। ਗੁਰਮੀਤ ਭੁੱਲਰ ਬਾਈ ਜੀ ਜੁੜੇ ਨੇ, ਇਹਨਾਂ ਦਾ ਵੀ ਧੰਨਵਾਦ ਹੈ। ਡਾਕਟਰ ਗਿਆਨ ਸਿੰਘ ਜੀ ਸਵਾਗਤ ਹੈ ਸਰ ਆਪ ਜੀ ਦਾ। ਸ਼ੁਕਰੀਆ ਜੀ। ਡਾਕਟਰ ਗਿਆਨ ਸਿੰਘ ਜੀ, ਜਿਸ ਤਰ੍ਹਾਂ ਹਾਲੀਆ ਬਜਟ ਆਇਆ, ਬਜਟ ਦੇ ਵਿੱਚ ਜਿਹੜੀ 9000 ਕਰੋੜ ਦਾ ਸਬਸਿਡੀ ਦਾ ਕੱਟ ਲਾ ਦਿੱਤਾ ਗਿਆ, ਪੰਜਾਬ ਸਭ ਤੋਂ ਜ਼ਿਆਦਾ ਖਾਦ ਜਿਹੜਾ ਖਪਤ ਕਰਦਾ, ਪੰਜਾਬ ਦੀ ਕਿਸਾਨੀ 'ਤੇ ਇੱਕ ਟੇਢਾ ਅਤੇ ਵੱਡਾ ਵਾਰ ਹੈ, ਕੀ ਵੇਖਣਾ ਚਾਹੁੰਦੇ ਹੋ ਡਾਕਟਰ ਸਾਹਿਬ ਇਸ ਨਜ਼ਰੀਏ ਤੋਂ? ਇਹ ਦੇਖੋ ਜੀ, ਮੈਂ ਇਹਦੇ ਅੰਕੜੇ ਦੇ ਦਿੰਦਾ। 1960-61 'ਚ ਪਰ ਹੈਕਟੇਅਰ 1.1 ਕਿਲੋਗ੍ਰਾਮ ਅਸੀਂ ਖਾਦ ਵਰਤਦੇ ਸੀ ਪੰਜਾਬ 'ਚ। ਅੱਛਾ ਜੀ। ਹੁਣ 243 ਕਿਲੋਗ੍ਰਾਮ ਵਰਤਦੇ ਹਾਂ। ਓ, 2 ਕੁਇੰਟਲ, ਮਤਲਬ 2 ਕੁਇੰਟਲ 22 ਕਿਲੋ ਵਧਾ ਤੀ ਅਸੀਂ। ਨਹੀਂ ਜੀ, ਨਹੀਂ ਨਹੀਂ, 1.1 ਕਿਲੋਗ੍ਰਾਮ ਸੀ ਪਹਿਲਾਂ। ਓਕੇ, 1.1 ਕਿਲੋਗ੍ਰਾਮ ਸੀ, ਹੁਣ ਕਿੰਨੀ ਹੈ? 1 ਕਿਲੋ 100 ਗ੍ਰਾਮ ਸੀ, ਹੁਣ 243 ਕਿਲੋਗ੍ਰਾਮ ਹੈ। ਇਹ 241.8 ਕਿਲੋਗ੍ਰਾਮ ਹੋ ਗਈ, 242 ਕਿਲੋ ਮੰਨ ਲਓ ਵੱਧ ਗਈ। ਓ ਮਾਈ ਗੋਡ, ਪੈਸਟੀਸਾਈਡ ਵੀ ਬਹੁਤ ਜ਼ਿਆਦਾ ਵੱਧ ਗਿਆ ਨਾ। ਪੈਸਟੀਸਾਈਡ ਜਿਹੜਾ ਜਿੰਨਾ ਹੈ, ਨਿਊ ਐਗਰੀਕਲਚਰ ਟੈਕਨੋਲੋਜੀ ਦਾ ਪੈਕੇਜ ਸੀ ਉਹ 'ਚ ਜੋ ਕੁਛ ਵੀ ਹੈਗਾ, ਹਾਈ ਯੀਲਡਿੰਗ ਵੈਰਾਈਟੀ ਸੀਡਸ, ਅਸ਼ਿਓਰਡ ਇਰੀਗੇਸ਼ਨ, ਕੈਮੀਕਲ ਫਰਟੀਲਾਈਜ਼ਰ, ਇਨਸੈਕਟੀਸਾਈਡ, ਪੈਸਟੀਸਾਈਡ, ਹਰਬੀਸਾਈਡ, ਫੰਗੀਸਾਈਡ, ਮਸ਼ੀਨਰੀ, ਇਹ ਸਾਰਾ ਕੁਛ ਹੀ ਸਭ ਤੋਂ ਵੱਧ ਪੰਜਾਬ 'ਚ ਵਰਤਿਆ ਗਿਆ ਜੀ, ਹੈ ਨਾ। ਤੇ ਜਿਹੜੀ ਗੱਲ ਤੁਸੀਂ ਕੀਤੀ ਹੁਣ ਇਹ ਫਰਟੀਲਾਈਜ਼ਰ ਸਬਸਿਡੀ ਵਾਲੀ ਗੱਲ, ਫਰਟੀਲਾਈਜ਼ਰ ਸਬਸਿਡੀ ਵਾਲੀ ਗੱਲ ਤਾਂ ਇਹ ਹੈ ਕਿ ਉਹਦਾ ਸੁਭਾਵਿਕ ਤੌਰ 'ਤੇ ਇੰਪੈਕਟ ਸਾਡੇ 'ਤੇ ਵੱਧ ਪੈਣਾ ਹੈਗਾ, ਹੈ ਨਾ ਜੀ। ਤੇ ਇੱਥੋਂ ਦਾ ਕਿਸਾਨ ਤਾਂ ਪਹਿਲਾਂ ਹੀ ਮਤਲਬ ਇਹ ਬਹੁਤ ਮਾੜੀ ਹਾਲਤ 'ਚ ਹੈ, ਖੁਦਕੁਸ਼ੀਆਂ ਦੇ ਰਾਹ ਪਿਆ ਹੈਗਾ। ਤੇ ਇਹ ਹੈ ਕਿ ਬੈਂਕਾਂ ਦਾ ਕਰਜ਼ੇ ਦੇ ਨੋਟਿਸ ਆਉਂਦੇ ਨੇ, ਮੋੜਨ ਲਈ ਹੈ ਨਹੀਂ। ਥੋੜ੍ਹਾ ਜੈਵਿਕ ਖੇਤੀ ਵੱਲ ਤੁਸੀਂ, ਕਿਉਂਕਿ ਖੁਦ ਵੀ ਖੇਤੀਬਾੜੀ ਕਰਦੇ ਹੋ, ਜੈਵਿਕ ਕੁਦਰਤੀ ਖੇਤੀ ਦਾ ਵੀ ਰੁਝਾਨ ਮਜਬੂਰੀ ਨੂੰ ਵਧੇਗਾ ਇਹਦੇ ਨਾਲ, ਹੈ ਨਾ? ਨਹੀਂ ਜੀ, ਇਹ ਜਿਹੜੀ ਗੱਲ ਜ਼ੀਰੋ ਬਜਟ ਫਾਰਮਿੰਗ ਦੀ ਗੱਲ ਕੀਤੀ ਹੈ ਉਹ ਬਜਟ ਦੇ ਵਿੱਚ ਵੀ ਐਤਕੀ ਰਿਪੀਟ ਕੀਤਾ ਗਿਆ, ਪਰ ਇਸ ਬਜਟ ਦੀ ਇੱਕ ਵੱਡੀ ਪ੍ਰੋਬਲਮ ਹੈ ਪੂਰੇ ਬਜਟ ਦੀ, ਇਹ ਪਿਛਲੇ ਸਾਲ ਜਿਹੜੇ ਟਾਰਗੇਟ ਸੀ ਜਾਂ ਜਿਹੜੇ ਪ੍ਰੋਵੀਜ਼ਨ ਸੀ ਉਹਨਾਂ ਦਾ ਕਿਤੇ ਐਤਕੀ ਕੰਪੈਰੀਜ਼ਨ ਨਹੀਂ ਹੈਗਾ ਜਿਹੜੇ ਅਗਲੇ ਪ੍ਰੋਵੀਜ਼ਨ ਨੇ। ਮੋਰ ਓਵਰ ਇਹ ਬਜਟ ਅਸੀਂ ਗਲਤ ਟਾਈਮ ਪੀਰੀਅਡ ਤੇ ਪੇਸ਼ ਕਰਨਾ ਸ਼ੁਰੂ ਕਰ ਲਿਆ ਕੇਂਦਰ ਸਰਕਾਰ ਨੇ। ਹਾਲ ਤਾਂ ਸਾਡੇ ਕੋਲ 31 ਮਾਰਚ ਤੱਕ ਤਾਂ ਪਿਛਲੇ ਸਾਲ ਦਾ ਹੀ ਪਿਆ, ਉਹਦਾ ਵੀ ਸਾਨੂੰ ਐਸਟੀਮੇਸ਼ਨ ਲੈਣੀ ਪੈਂਦੀ ਹੈ। ਤੇ ਉਸ ਹਿਸਾਬ ਨਾਲ ਇਹ ਜਿਹੜਾ ਹੈਗਾ ਅਸੀਂ ਕਿਤੇ ਵੀ ਨਹੀਂ ਜਾ ਰਹੇ, ਗਲਤ ਪਾਸੇ ਨੂੰ ਜਾ ਰਹੇ ਹੈਗੇ ਕਿ ਮੈਨੂੰ ਨਹੀਂ ਲੱਗਦਾ ਕਿ ਵੀ ਅਸੀਂ ਕਿਸਾਨਾਂ ਨੂੰ ਕੁਛ ਦੇਵਾਂਗੇ ਜਾਂ ਇਸ ਵਾਸਤੇ। ਇਹ ਵੀ ਕਿਹਾ ਗਿਆ ਕਿ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਾਂਗੇ, ਇਹ 6 ਸਾਲ ਪਹਿਲਾਂ ਦੀ ਗੱਲ ਹੈ, ਜਿਹੜੇ ਪਿਛਲੇ 4 ਸਾਲ 'ਚ ਨੇ ਜਵਾਨਾਂ ਜੀ ਉਹ ਜੇ ਇੱਕ ਸੀ ਆਮਦਨ 1 ਜਾਂ 1-2 ਮੂਲੀ ਜੀ ਘਟੀ ਹੈ ਜੀ, ਭਾਵ ਵੀ ਕੋਈ ਨਹੀਂ ਵਧੀ, ਮੂਲੀ ਘਟੀ ਹੈਗੀ ਜੀ ਡਾਕਟਰ ਸਾਹਿਬ। ਆਉਣ ਵਾਲੇ 2 ਸਾਲਾਂ 'ਚ ਲੱਗਦਾ ਵੀ ਹੋਰ ਘੱਟ ਜਾਊਗੀ। ਬਿਲਕੁਲ, ਇਹਦੇ ਨਾਲ ਬਹੁਤ ਫਰਕ ਪੈਣਾ ਡਾਕਟਰ ਸਾਹਿਬ, ਜਿਹੜਾ 9000 ਕਰੋੜ ਦੀ ਸਬਸਿਡੀ ਦਾ ਕੱਟ ਲਾ ਦਿੱਤਾ ਗਿਆ। ਬਹੁਤ ਬਹੁਤ ਧੰਨਵਾਦ ਡਾਕਟਰ ਗਿਆਨ ਸਿੰਘ ਜੀ, ਤੁਸੀਂ ਜਿਹੜੇ ਅੰਕੜਿਆਂ ਸਮੇਤ ਖਾਸ ਕਰਕੇ ਖਾਦ ਦੀ ਤਫਸੀਲ ਸਾਰੀ ਦਿੱਤੀ ਹੈ, ਸੋ ਬਹੁਤ ਬਹੁਤ ਧੰਨਵਾਦ। ਸੋ ਹੁਕਮਰਾਨ ਦਾ ਟੇਢਾ ਵਾਰ ਹੈ, ਜਗਦੀਸ਼ ਪ੍ਰਜਾਪਤੀ ਜੀ ਜੁੜੇ ਨੇ, ਧੰਨਵਾਦ। ਸ਼ਿਵ ਜਨਾਗਲ ਸਾਹਿਬ, ਰਾਜਵੀਰ, ਰਾਜਦੀਪ ਸਿੰਘ ਰੰਧਾਵਾ ਅਤੇ ਖੁਸ਼ਵਿੰਦਰ ਸਿੰਘ ਐਂਡ ਅਤੇ ਨਾਲ ਨਾਲ ਅਮਰਜੀਤ ਸਿੰਘ ਘੱਗਾ ਹੋਰਾਂ ਦਾ ਵੀ ਕਮੈਂਟ ਹੈ, ਗੁਰਤੇਜ ਸਿੰਘ, ਜਤਨ ਬੱਤਰਾ ਸਾਹਿਬ ਅਤੇ ਹਰਦੀਪ ਸਿੰਘ ਚੁੰਬਰ ਕਹਿੰਦੇ ਮਹਾਤਮਾ ਬੁੱਧ ਨਹੀਂ ਤਥਾਗਤ ਬੁੱਧ ਠੀਕ ਲੱਗਦਾ। ਖੈਰ,
सो आप सब सज्जणां दा धन्नवाद। सो जिस तरह सरकारां दीआं चालां टेढ़ियां ने, शायद किसान नूं भी कई मामलों हुण सीधा होना पैना, अपने हत्थी अपना काज आप सवारना पैना। सो इस दे नाल ही मैं परमिंदर सिंह टिवाणा प्रोग्राम ग्लोबल गल्लबात नूं इत्थे ही खत्म कर दिया गया चाहूँगा। सवेरे फिर भारतीय समा 7 बजे तो लैके 8 बजे तक प्रोग्राम हैलो ग्लोबल लैके आप जी की नज़र पेश होवांगे। तद तक तुहाडा ते साडा रब रखा, सत श्री अकाल। साडा हर एक प्रोग्राम वेखण ते साडे नाल जुड़न लई सबसक्राइब करो चैनल पंजाबी ते नोटिफिकेशन लई बैल आइकन वाले बटन ते क्लिक करो।